ਤੇ ਹੋਰ ਉਹਨੂੰ ਸਮਝ ਕੇ ਹੋਵੇ। ਧਿਆਨ ਕੰਸੈਂਟਰੇਟ ਕਰਨ ਵਾਸਤੇ, ਕੰਸੈਂਟਰੇਸ਼ਨ ਵਾਸਤੇ ਕਿਸੇ ਬੰਦੇ ਨੂੰ ਨਸ਼ੇ ਦੀ ਲੋੜ ਹੈ, ਕਿਸੇ ਨੂੰ ਲੋੜ ਨਹੀਂ ਹੈ। ਸਾਰਿਆਂ ਦੀ ਨਹੀਂ ਗੱਲ, ਕੰਸੈਂਟਰੇਸ਼ਨ ਵਾਸਤੇ। ਜੋਗੀ ਕਿਉਂ ਰਹਿ ਗਏ? ਜੋਗੀਆਂ ਨੂੰ ਗੁਰੂ ਸਾਹਿਬ ਨੇ ਨਹੀਂ ਕਿਹਾ ਵੀ ਤੁਸੀਂ ਨਸ਼ਾ ਨਾ ਖਾਓ, ਕਿਤੇ ਨਹੀਂ ਕਿਹਾ। ਇਹ ਕਿਉਂ ਖਾਂਦੇ ਹੋ ਨਸ਼ਾ? ਕਿਤੇ ਨਹੀਂ ਕਿਹਾ ਹੋਇਆ ਸਿਧਗੋਸ਼ ਵਿੱਚ। ਜੋਗੀਆਂ ਨੂੰ ਕਿਹਾ ਸ਼ਬਦ ਜਿਹੜਾ ਹੈਗਾ, ਉਪਦੇਸ਼ ਜਿਹੜਾ ਹੈਗਾ, ਇਹਨੂੰ ਧਿਆਨ ਨਾਲ ਸੁਣੋ। ਧਿਆਨ ਦਾ ਜੋਗੀਆਂ ਦਾ ਪੂਰਾ ਧਿਆਨ ਪਰਪੱਕਾ ਉਹਨਾਂ ਦਾ, ਪਰ ਧਿਆਨ ਵੇਲੇ ਉਹਨਾਂ ਨੂੰ ਜਿਹੜਾ ਉਪਦੇਸ਼ ਹੈ ਉਹ ਨਹੀਂ ਮਿਲ ਰਿਹਾ। ਸੰਤ ਕਹਿ ਰਹੇ ਨੇ, ਜੋਗੀ ਆਪਣੇ ਆਪ ਨੂੰ ਕਹਿ ਰਹੇ ਨੇ ਸੰਤ, ਤਾਂ ਕੀ ਕਹਿ ਰਹੀ ਆ ਬਾਣੀ? ਧਨ ਧਨ ਭਾਗ ਤਿੰਨ ਸੰਤ ਜਨਾ। ਉਹਨਾਂ ਦੇ ਧਨ ਭਾਗ ਨੇ ਜੋ ਹਰ ਜਸ ਸਰਬਣੀ ਸੁਣਦੇ ਆ, ਹਰ ਜਸ ਸੁਣਨਾ ਸਰਬਣੀ ਸੁਣਦੇ ਆ, ਕੰਨਾਂ ਨਾਲ ਨਾ ਸੁਣੋ। ਜਦ ਇਹ ਬਾਣੀ ਕੰਨਾਂ ਨਾਲ ਸੁਣਦੇ ਆ ਫਿਰ ਨਹੀਂ ਗੱਲ ਬਣਦੀ, ਫਿਰ ਬਾਹਰ ਆ ਕੇ ਸੁਣਦੇ ਆ। ਕੰਨ ਤਾਂ ਮੋਰੀ ਹੈ, ਇੱਥੋਂ ਆਪਣੀ ਤਾਕੀ ਖੁੱਲੀ ਹੈ, ਆਵਾਜ਼ ਤਾਂ ਆਪੇ ਆ ਜਾਣੀ ਹੈ। ਤੁਹਾਨੂੰ ਤਾਕੀ ਨਾਲ ਕੰਨ ਲਾਉਣ ਦੀ ਕੀ ਲੋੜ ਹੈ? ਇੱਥੇ ਹੀ ਬੈਠੋ, ਆਵਾਜ਼ ਇੱਥੇ ਆ ਜਾਣੀ ਹੈ। ਸਰਬਣੇ ਸੁਣਦੇ ਆ, ਸਰਬਣਾ ਨਾਲ ਲਾ ਕੇ ਸੁਣੋ, ਕੰਨਾਂ ਨਾਲ ਲਾ ਕੇ ਸੁਣਨ ਦੀ ਲੋੜ ਨਹੀਂ। ਕੰਨ ਤਾਂ ਮੋਰੀ ਹੈ, ਆਵਾਜ਼ ਹੀ ਆਉਣੀ ਆ ਜਾਣੀ ਹੈ, ਆਪੇ ਆ ਜਾਣੀ। ਮੋਰੀ ਨੂੰ ਕੰਨ ਲਾਉਣ ਦੀ ਲੋੜ ਨਹੀਂ, ਮੋਰੀ ਨਾਲ ਜੁੜਨ ਦੀ ਲੋੜ ਨਹੀਂ। ਸਰਬਣੇ ਸੁਣਦੇ ਆ, ਗੁਰਬਾਣੀ ਨੂੰ ਸਰਵਣ ਕਰਨਾ ਚਾਹੀਦਾ, ਗੁਰਬਾਣੀ ਨੂੰ ਸੁਣਨਾ ਨਹੀਂ ਚਾਹੀਦਾ। ਸਰਵਣ ਕਰਨ ਨਾਲ ਸੁਣਨ 'ਚ ਫਰਕ ਹੈ। ਜਿਹੜੇ ਸਰਵਣ ਕਰਦੇ ਨੇ ਧਿਆਨ ਕੰਨ ਨਾਲ ਹੁੰਦਾ ਉਹਦਾ, ਸਰਵਣ ਨਹੀਂ ਜੇ ਸਿੱਧ ਸਰਵਣ ਨਹੀਂ ਕਰਦੇ, ਜਿਹੜੇ ਸੁਣਦੇ ਨੇ ਉਹ ਕੰਨ ਨਾਲ ਸੁਣਦੇ ਨੇ, ਜਿਹੜੇ ਸਰਵਣ ਕਰਦੇ ਨੇ ਕੰਨ ਉਹ ਅੰਦਰ ਕੰਨ ਸਹੀ ਹੋਵੇ ਤਾਂ ਆਪੇ ਆ ਜਾਣੀ। ਉਹ ਆਪਣੇ ਆਪ ਨਾਲ ਜੁੜ ਕੇ ਸੁਣਦੇ ਨੇ, ਆਪਣੇ ਆਪ ਨਾਲ ਜੁੜ ਕੇ ਸੁਣਨਾ, ਕੰਨ ਨਾਲ ਜੁੜ ਕੇ ਸੁਣਨਾ, ਦੋਹਾਂ ਚੀਜ਼ਾਂ 'ਚ ਫਰਕ। ਗੁਰਬਾਣੀ ਦਾ ਕੀਰਤਨ ਵੀ ਸੁਣਨਾ, ਆਪਣੇ ਆਪ ਨਾਲ ਜੁੜ ਕੇ ਸੁਣੋ। ਜਿਹੜਾ ਆਪਣੇ ਆਪ ਨਾਲ ਜੁੜ ਕੇ ਸੁਣੂ ਉਹਨੂੰ ਨਾਮ ਰਸ ਆਊਗਾ, ਜਿਹੜਾ ਕੰਨ ਨਾਲ ਸੁਣ ਕੇ ਜੁੜੂ ਉਹਨੂੰ ਟਿਊਨ ਸਮ ਟਿਊਨ ਦਾ ਰਸ ਆਊਗਾ, ਉਹਨੂੰ ਰਾਗ ਦਾ ਰਸ ਆਊਗਾ। ਰਾਗ ਦਾ ਰਸ ਹੋਰ ਗੱਲ ਹੈ, ਨਾਮ ਦਾ ਰਸ ਹੋਰ। ਸੁਣਾਉਣ ਵਾਲਾ ਜਿਹੜਾ ਹੈਗਾ ਬਾਜਾ ਕੀਰਤਨ ਵਾਲਾ, ਉਹ ਰਾਗ ਰਸ ਪਰੋਸ ਰਿਹਾ, ਨਾਮ ਰਸ ਨਹੀਂ ਪਰੋਸ ਰਿਹਾ। ਉਹਦਾ ਜ਼ੋਰ ਰਾਗ ਰਸ ਤੇ ਲੱਗਿਆ ਹੋਇਆ, ਉਹ ਪਰੋਸ ਰਿਹਾ ਰਾਗ ਰਸ। ਉਹ ਜੁੜਿਆ ਤਬਲੇ ਨਾਲ, ਉਹ ਜੁੜਿਆ ਆਪਣੇ ਬਾਜੇ ਨਾਲ, ਉਹ ਜੁੜਿਆ ਸੰਗਤ ਨਾਲ ਕਿ ਮੇਰਾ ਅਸਰ ਕੀ ਪੈ ਰਿਹਾ ਸੰਗਤ 'ਤੇ। ਸੰਗਤ 'ਤੇ ਅਸਰ ਕੀ ਪੈ ਰਿਹਾ? ਉਹਦੇ ਬਾਹਰ ਜੁੜਿਆ ਹੈ, ਉਹ ਕਿਸੇ ਵਾਸਤੇ ਗਾ ਰਿਹਾ? ਪਬਲਿਕ ਵਾਸਤੇ ਗਾ ਰਿਹਾ ਨਾ, ਪੈਸੇ ਪਬਲਿਕ 'ਚੋਂ ਮਿਲਣੇ ਨੇ। 20-30 ਹਜ਼ਾਰ ਰੁਪਈਆ ਪਬਲਿਕ ਤੋਂ ਲਿਆ ਨਾ, ਇਹ ਪਬਲਿਕ ਤੋਂ ਪੈਸੇ ਨੇ, ਪਬਲਿਕ ਵਾਸਤੇ ਗਾ ਰਿਹਾ, ਆਪਣੇ ਵਾਸਤੇ ਨਹੀਂ ਗਾ ਰਿਹਾ। ਕੀਰਤਨ ਤਾਂ ਆਪਣੇ ਵਾਸਤੇ ਕਰੀਦਾ ਹੁੰਦਾ, ਲੋਕਾਂ ਵਾਸਤੇ ਨਹੀਂ ਕਰੀਦਾ। ਜਿਹੜਾ ਲੋਕਾਂ ਵਾਸਤੇ ਕਰੀਦਾ ਉਹ ਕੀਰਤਨ ਨਹੀਂ ਹੁੰਦਾ, ਉਹ ਤਾਂ ਕੋਈ ਗਾਵੇ ਰਾਗੀ ਨਾਦੀ ਬੇਦੀ ਹੁੰਦਾ। ਬਹੁਤ ਕਰ ਰਾਗੀ ਨਾਦੀ ਬੇਦੀ ਮੋਨੀ ਚਾਰ ਨੇ, ਰਾਗੀ ਨੇ ਕਿਹਾ ਰਾਗ ਕੀਰਤਨ ਕਰਨ ਵਾਲੇ, ਬੇਦੀ ਨੇ ਵੇਦ ਪੜ੍ਹਨ ਵਾਲੇ, ਬੜੇ ਕਥਾ ਸੁਣਾਉਂਦੇ ਨੇ, ਕਥਾ ਵਾਚਕ ਨੇ, ਗੁਰਦੁਆਰੇ ਲੱਗੇ ਹੋਏ, ਬੇਦੀ ਨੇ ਵੇਦ ਪੜ੍ਹਦੇ ਨੇ, ਗ੍ਰੰਥ ਪੜ੍ਹ ਕੇ ਸੁਣਾਉਂਦੇ ਨੇ। ਰਾਗੀ ਨਾਦੀ ਇੱਕ ਨਾਦ ਸੁਣਦੇ ਨੇ, ਜਿਵੇਂ ਸਿੱਧ ਸੀ ਜੋਗੀ ਸੀ, ਰਾਗੀ ਨਾਦੀ ਬੇਦੀ, ਬੇਦੀ ਵੇਦ ਪੜ੍ਹਨ ਵਾਲੇ, ਮੋਨੀ ਚੁੱਪ ਨੇ, ਉਹ ਜੋ ਪੜ੍ਹ ਲਿਆ ਜਾਂ ਸੁਣ ਲਿਆ ਉਹ ਆਪਣੇ ਚੁੱਪ ਨੇ, ਉਹਨੂੰ ਵਿਚਾਰਦੇ ਨੇ, ਸੁਣਾਉਂਦੇ ਨਹੀਂ, ਕਿਸੇ ਗੱਲੇ ਨਹੀਂ ਕਰਦੇ। ਵੀ ਜਿਹਨ ਪਾਇਆ ਤੇ ਨੇ ਛੁਪਾਇਆ ਵਾਲੇ ਨੇ, ਰਾਗੀ ਨਾਦੀ ਬੇਦੀ ਮੋਨੀ ਸਭ ਜਮ ਕੇ ਪਟੇ ਲਿਖਾਏ,
ਸਾਰੇ ਆ ਗਏ ਨਾ ਵਿੱਚ, ਤੇ ਰਾਗੀ ਕਿੱਥੇ ਗਏ ਫਿਰ? ਵਿੱਚੇ ਆ ਗਏ ਰਾਗੀ। ਰਾਗੀ ਨਾਦੀ ਬੇਦੀ ਮੋਹਨੀ, ਰਾਗੀ ਪਹਿਲਾਂ ਦੇ ਹੀ ਨੇ, ਹੁਣ ਦੇ ਰਹੀ ਹੈ, ਪਹਿਲਾਂ ਵੀ ਸੀ ਰਾਗੀ। ਇਹਨਾਂ ਨੇ ਅਲੱਗ ਨਾਂ ਰੱਖਣਾ ਸੀ ਆਪਣਾ। ਨਾਨਕ ਰਾਗੀ ਨਹੀਂ ਹੈ, ਨਾਨਕ ਕੀਰਤ ਨਹੀਂ ਹੈ, ਰਾਗੀ ਨਹੀਂ। ਜੇ ਰਾਗੀ ਨੇ ਉਹਨਾਂ ਦੇ ਜੰਮਦੇ ਪਟੇ ਨੇ ਸਾਰਿਆਂ ਦੇ, ਮਾਇਆ ਖਾਤਰ ਗਾਉਂਦੇ ਨੇ, ਮਾਇਆ ਰੋਟੀਆਂ ਕਾਰਨ ਪੂਰਾ ਥਾ ਰੋਟੀਆਂ ਖਾਤਰ ਗਾਉਂਦੇ, ਉਹ ਤਾਂ ਗੁਰਬਾਣੀ 'ਚ ਲੱਗ ਪਏ। ਇਹਨਾਂ ਨੇ ਉਹਨਾਂ ਦਾ ਨਾਂ ਕੀਰਤਨ ਦਰਬਾਰ ਰੱਖ ਲਿਆ, ਉਹ ਹੈ ਰਾਗੀ। ਉਹ ਰਾਗੀ ਕੀਰਤਨ ਦਰਬਾਰ ਕਿੱਥੇ ਹੁੰਦੇ ਕਰਦੇ ਨੇ? ਫਿਰ ਰੂਹਾਨੀ ਰੱਖ ਲਿਆ, ਰੂਹ ਦੀ ਖੁਰਾਕੀ ਦੇ ਕੋਲ ਦੱਸੋ ਤਾਂ ਸਹੀ, ਰੂਹ ਨੂੰ ਮਿਲਿਆ ਕੀ ਹੈ ਤੁਹਾਨੂੰ? ਜੇ ਰੂਹ ਨੂੰ ਮਿਲਿਆ ਹੁੰਦਾ ਉਹ ਦੱਸਣ ਨਾ, ਰੂਹ ਜਿਹੜੀ ਕੁਛ ਖਾਂਦੀ ਹੈ ਉਹਦੇ 'ਚ ਬਦਲਾਅ ਆਉਂਦਾ। ਆਤਮਾ ਜੇ ਕੁਛ ਖਾਂਦੀ ਹੈ ਤਾਂ ਬਦਲਾਅ ਆਉਂਦਾ, ਬਦਲਾਓ ਕਿਉਂ ਨਹੀਂ ਆਉਂਦਾ? ਕਿਉਂ ਨਹੀਂ ਬਦਲਾਓ? ਅੱਗੇ ਸੰਤ ਕਮਿਸ਼ਨ ਕਰਕੇ ਜਾਂਦੇ ਸੀ ਬਾਹਰ, ਸੰਤਾਂ ਨੂੰ ਲੈ ਜਾਂਦੇ ਸੀ ਬਾਹਰ, ਕਮਿਸ਼ਨ ਕਰਦੇ ਸੀ ਜਿਹੜੇ, ਇਹਨਾਂ ਨੂੰ ਵੀਜ਼ਾ ਵੂਜ਼ਾ ਲਾਉਂਦੇ ਸੀ। ਹੁਣ ਰਾਗੀ ਨੇ ਇਹ, ਇਹਨਾਂ ਦੇ ਕਮਿਸ਼ਨ ਚੱਲਦੇ, ਅੰਦਰ ਗਤੀ ਇਹਨਾਂ ਨੂੰ ਕੁਛ ਦਿੰਦੇ ਨੇ, ਸੈਟਲਮੈਂਟ ਕੁਛ ਹੁੰਦਾ। ਚਲੋ ਇਹ ਤਾਂ ਮਾਇਆ ਦੀ ਗੱਲ ਹੈ, ਉਹਨਾਂ ਦੀ ਗੱਲ ਹੈ ਆਪਸ ਵਿੱਚ, ਇਹ ਗੱਲ ਸਾਰੀ ਮਾਇਆ ਤੱਕ ਸੀਮਤ ਹੈ। ਤਾਂ ਨਹੀਂ ਅਸਰ ਹੁੰਦਾ ਪਬਲਿਕ 'ਤੇ, ਕਹਿਣ ਦਾ ਮਤਲਬ ਪਬਲਿਕ 'ਤੇ ਅਸਰ ਕਿਹੜੀ ਗੱਲ ਦਾ ਹੋਵੇ, ਕਿਉਂ ਹੋਵੇ? ਗੱਲ ਤਾਂ ਸਾਰੀ ਮਾਇਆ 'ਚ ਖੜੀ, ਰੋਟੀਆਂ ਘਰ ਪੂਰੇ ਘਰ ਸਭ ਕੁਝ ਜੋ ਲਿਖਿਆ ਸੀ ਬਾਣੀ ਦੇ ਵਿੱਚ ਉਹ ਸਾਰਾ ਹੀ ਅਸੀਂ ਅਪਣਾ ਲਿਆ, ਜਿਹਦੇ ਖਿਲਾਫ ਕੀਤੀ ਤੀ ਉਹ ਅਪਣਾ ਲਿਆ, ਉਹੀ ਧਾਰਨ ਗੱਲ ਹੈ। ਉਹ ਛੱਡਣ ਨੂੰ ਜਿਹੜਾ ਕਿਹਾ ਤਾ ਉਹ ਸਮਾਂ ਅਪਣਾ ਲਿਆ, ਜਿਹਤੋਂ ਬਚਣ ਨੂੰ ਕਿਹਾ ਤਾ ਉਹ ਤਾਂ ਅਪਣਾ ਲਿਆ, ਪਰ ਇੱਕੋ ਹੀ ਚੀਜ਼ ਰਹਿਣੀ ਤੀ। ਉਹ ਕਹਿੰਦੇ ਆ ਤਾਂ ਭਾਈ ਸਿੱਖੀ ਲੈ ਲਓ ਜਾਂ ਫਿਰ ਪੈਸੇ ਲੈ ਲਓ। ਕਦਮ ਪਾਤਸ਼ਾਹ ਨੇ ਕਿਹਾ ਵੀ ਜੇ ਤਨਖਾਹ ਲੈਣੀ ਹੈ ਤਨਖਾਹ ਲੈ ਲਓ, ਜਿਹਨੇ ਸਿੱਖੀ ਲੈਣੀ ਉਹਨੂੰ ਤਨਖਾਹ ਨਹੀਂ ਮਿਲਣੀ। ਉਹਦਾ ਤਨ ਮਨ ਤਨ ਗੁਰੂ ਨੂੰ ਸੌਂਪਿਆ, ਸਭ ਸੌਂਪ ਗੁਰ ਕੋ, ਉਹ ਤਨਖਾਹ ਕਿਵੇਂ ਲੈ ਲੂਗਾ? ਇਸ ਕਰਕੇ ਜਿਹੜੇ ਤਨਖਾਹਦਾਰ ਹੁੰਦੇ ਨੇ ਉਹ ਗੁਰੂ ਵਾਲੇ ਨਹੀਂ ਹੁੰਦੇ, ਚਾਹੇ ਰਾਗੀ ਹੋਣ, ਚਾਹੇ ਗ੍ਰੰਥੀ ਹੋਣ, ਚਾਹੇ ਅਕਾਲ ਤਖ਼ਤ ਦੇ ਜਾਇਦਾਦ ਨੂੰ ਗੁਰੂ ਵਾਲੇ ਨਹੀਂ ਹੁੰਦੇ। ਤਨਖਾਹ ਉਹਨਾਂ ਦੀ ਤਾਂ ਨੌਕਰ ਨੂੰ ਤਾਂ ਮੁਲਾਜ਼ਮ ਨੇ, ਉਹਨਾਂ ਦਾ ਘਰ ਵੱਖਰਾ, ਗੁਰੂ ਦਾ ਘਰ ਵੱਖਰਾ। ਜਿੰਨੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ ਸਭ ਤਨਖਾਹਦਾਰ, ਜਿੰਨੇ ਇਹਨਾਂ ਦੇ ਸਭ ਪੱਤੇ ਪੈਂਦੇ ਨੇ ਉਹ ਹੁੰਦੇ, ਇਹ ਲੇਖੇ 'ਚ ਨੇ, ਸਾਰਾ ਲੇਖਾ ਨਾ, ਲੇਖੇ ਵਾਲੇ ਕਿਤੇ ਛੁਟਕਾਰੇ ਦਿੰਦੇ। ਜਿੱਦਾਂ ਲੇਖਾ ਛੱਡ ਦੇਣਗੇ ਉਦਣ ਗੱਲ ਗਾਹ ਦੀ ਹੋਊਗੀ, ਪਹਿਲਾਂ ਲੇਖੇ 'ਚ ਬਾਹਰ ਤਾਂ ਨਿਕਲਣ, ਇਹ ਤਾਂ ਲੇਖੇ 'ਚ ਨੇ, ਸਾਰਾ ਲੇਖਾ ਰਜਿਸਟਰ ਲੱਗੇ ਹੋਏ ਨੇ। ਲੇਖਾ ਛੱਡ, ਲੇਖਾ ਛੁੱਟਾ, ਛੁੱਟੂ ਉਦੋਂ ਜੋ ਲੇਖੇ ਦੇ ਪਰੇ ਚਲੇ ਜਾਣ, ਤਾਂ ਲੇਖੇ 'ਚ ਨੇ।